ਮਾਮੇ ਭਾਣਜੇ ਦੇ ਰਿਸ਼ਤੇ ਨੂੰ ਤਾਰ ਤਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿਸ ਦੇ ਵਿੱਚ ਮਾਮੇ ਨੇ ਹੀ ਆਪਣੇ ਭਾਣਜੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਸਿਰ ਦੇ ਵਿੱਚ ਇੱਟਾਂ ਮਾਰੀਆਂ ਗਈਆਂ ਨੇ, ਲੋਹੇ ਦੀ ਰਾੜ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਤੇ ਭਾਣਜੇ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਦੱਸ ਦਈਏ ਕਿ ਨਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਇਹ ਕਤਲ ਕੀਤਾ ਗਿਆ। ਦਰਅਸਲ ਮਾਮੇ ਨੂੰ ਆਪਣੇ ਭਾਣਜੇ ਤੇ ਸ਼ੱਕ ਸੀ ਕਿ ਭਾਣਜੇ ਦੇ ਉਸਦੀ ਨੂੰਹ ਦੇ ਨਾਲ ਨਜਾਇਜ਼ ਸਬੰਧ ਨੇ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਮਾਮੇ ਨੇ ਆਪਣੇ ਭਾਣਜੇ ਨੂੰ ਮਾਰਨ ਦੇ ਲਈ ਸਾਰੀ ਪਲੈਨਿੰਗ ਕੀਤੀ, ਜਿਸ ਦੇ ਵਿੱਚ ਪਹਿਲਾਂ ਤਾਂ ਉਹ ਹਰਿਆਣੇ ਤੋਂ ਆਪਣੇ ਭਾਣਜੇ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਘੁੰਮਣ ਦੇ ਲਈ ਲੈ ਕੇ ਜਾਂਦੇ ਨੇ। ਪਰ ਰਸਤੇ ਦੇ ਵਿੱਚ ਕਿਹਾ ਜਾ ਰਿਹਾ ਕਿ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤੇ ਫਿਰ ਉੱਥੇ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। ਕਿਸੇ ਨੂੰ ਸ਼ੱਕ ਨਾ ਹੋਵੇ, ਉਹ ਹਸਪਤਾਲ ਲੈ ਕੇ ਜਾਣ ਦੀ ਥਾਂ ਪਹਿਲਾਂ ਤਾਂ ਉਸ ਨੂੰ ਸੜਕ ਦੇ ਉੱਤੇ ਸੁੱਟਣ ਲਈ ਸੋਚਦੇ ਨੇ ਕਿ ਸ਼ਾਇਦ ਪੁਲਿਸ ਨੂੰ ਇਹ ਸ਼ੱਕ ਹੋਵੇ ਕਿ ਇਹ ਐਕਸੀਡੈਂਟ ਦੇ ਵਿੱਚ ਮਰਿਆ। ਪਰ ਕਿਹਾ ਜਾ ਰਿਹਾ ਕਿ ਜਦੋਂ ਉਹਨਾਂ ਦਾ ਇਹ ਪਲਾਨ ਸਕਸੈਸ ਨਹੀਂ ਹੁੰਦਾ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਉਸ ਨੂੰ ਅੰਬਾਲਾ ਦੇ ਇੱਕ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ। ਪਰ ਜਿੱਥੋਂ ਉਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ, ਮਾਮਲੇ ਦੀ ਬਰੀਕੀ ਨਾਲ ਜਾਂਚ ਕਰਦੀ ਤੇ ਸਾਰਾ ਹੀ ਇਹ ਸੀਨ ਸਾਫ਼ ਹੋ ਜਾਂਦਾ ਹੈ ਕਿ ਮਾਮੇ ਦੇ ਵੱਲੋਂ ਹੀ ਭਾਣਜੇ ਦਾ ਕਤਲ ਕੀਤਾ ਗਿਆ। ਦੱਸ ਦਈਏ ਕਿ ਪੂਰੀ ਪਲੈਨਿੰਗ ਦੇ ਨਾਲ ਉਸ ਨੂੰ ਆਪਣੇ ਕੋਲ ਬੁਲਾਇਆ ਜਾਂਦਾ ਹੈ ਤੇ ਫਿਰ ਉਸ ਨੂੰ ਚੰਡੀਗੜ੍ਹ ਘੁੰਮਣ ਦਾ ਲਾਲਚ ਦਿੱਤਾ ਜਾਂਦਾ ਹੈ ਤੇ ਜਦੋਂ ਵਾਪਸੀ ਕਰ ਰਹੇ ਹੁੰਦੇ ਨੇ ਤਾਂ ਰਾਹ ਦੇ ਵਿੱਚ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। ਫਿਲਹਾਲ ਪੁਲਿਸ ਨੇ ਮਾਮਾ ਸਮੇਤ ਉਸਦੇ 3 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। 22 ਸਾਲ ਦੀ ਉਮਰ ਇਸਦੀ ਦੱਸੀ ਜਾ ਰਹੀ ਹੈ ਤੇ ਮ੍ਰਿਤਕ ਦੀ ਪਹਿਚਾਣ ਬਿੱਟੂ ਵਜੋਂ ਹੋਈ ਹੈ। ਤਾਂ 22 ਸਾਲ ਦੇ ਬਿੱਟੂ ਦਾ ਕਤਲ ਕੀਤਾ ਉਸਦੇ ਮਾਮੇ ਦੇ ਵੱਲੋਂ ਹੀ ਨਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਬੇਰਹਿਮੀ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਤਾਂ ਦੱਸ ਦਈਏ ਕਿ ਖਬਰ ਮੋਹਾਲੀ ਦੇ ਜਲੜੂ ਤੋਂ ਸਾਹਮਣੇ ਆਈ ਹੈ।